ਪੰਜਾਬ ਦੇ DGP ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਕਿਹਾ ਗਿਆ ਸੀ ਕਿ ਫਰੀਦਕੋਟ ਦੇ ਨਾਮ ਚਰਚਾ ਘਰ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਡਰੰਮਾਂ ਤੋਂ ਇਲਾਵਾ ਛੱਤਾਂ ਉੱਪਰ ਪੱਥਰ ਅਤੇ ਹੋਰ ਤਿੱਖੇ ਹਥਿਆਰ ਇਕੱਠੇ ਕੀਤੇ ਗਏ ਹਨ, ਜਿਨ੍ਹਾਂ ਦਾ ਪ੍ਰਯੋਗ ਫੈਸਲਾ ਆਉਣ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਸਾਡੀ ਟੀਮ ਨੇ ਫਰੀਦਕੋਟ ਦੇ ਨਾਮ ਚਰਚਾ ਘਰ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਮੌਜੂਦਾ ਹਾਲਾਤ ਜਾਣਨ ਲਈ ਡੇਰਾ ਸੱਚਾ ਸੌਦਾ ਦੇ ਕਮੇਟੀ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਪੰਜਾਬ ਕਮੇਟੀ ਦੇ ਮੈਂਬਰ ਨੇ ਕਿਹਾ ਹੈ ਕਿ ਡੇਰੇ ਵਿੱਚ ਸਿਰਫ ਨਾਮ ਚਰਚਾ ਹੀ ਹੁੰਦੀ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਡੇਰੇ ਵਿੱਚ ਅਜਿਹੀ ਕੋਈ ਵੀ ਚੀਜ਼ ਨਹੀਂ ਹੈ ਜਿਸ ਦਾ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਹੈ। ਦੇਖੋ ਸਰ, ਪਹਿਲੀ ਬਾਤ ਤੋਂ ਜੇ ਹੈ ਕਿ ਹਮੇ ਅੱਜ ਤੱਕ ਕੋਈ ਮਾਲਮ ਐਸਾ ਕੋਈ ਪ੍ਰਸ਼ਾਸਨ ਕੀ ਤਰਫ ਸੇ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਐਸੇ ਆਪਕੇ ਨਾਮ 'ਚ ਘਰੋਂ ਮੈਂ ਐਸਾ ਕੁਛ ਹੈ ਨਾ ਹੀ ਹੈ। ਅਗਰ ਪ੍ਰਸ਼ਾਸਨ ਚੈੱਕ ਕਰਨਾ ਜਾਂ ਚੈੱਕ ਕਰ ਸਕਦਾ ਹੈ, ਹਮਾਰਾ ਕੁਛ ਨਹੀਂ ਹੈ ਇਸਮੇਂ, ਹਮੇ ਕੋਈ ਲੈਟਰ ਕੇ ਬਾਰੇ ਮੇਂ ਹਮੇ ਕੋਈ ਮਾਲਮ ਨਹੀਂ ਆਈ। ਨਹੀਂ ਸਰ, ਇਹ ਤਾਂ ਵਾਹ ਹੈ, ਆਪ ਯਹਾਂ ਪੇ ਨਾਮ ਚੈੱਕ ਘਰ ਮੈਂ ਆਪ ਆਏ ਹੋ, ਆਪ ਚੈੱਕ ਕਰ ਸਕਦੇ ਹੋ, ਕੋਈ ਵੀ ਆ ਕੇ ਪ੍ਰਸ਼ਾਸਨ ਕਰਨ ਮਹਿੰਦਾ ਕੋਈ ਵੀ ਚੈੱਕ ਕਰ ਸਕਦਾ, ਐਸਾ ਕੁਛ ਨਹੀਂ ਹੈ। ਸਾਧ ਸੰਗਤ ਜਹਾਂ ਪੇ ਆਤੀ ਹੈ, ਨਾਮ ਚਰਚਾ ਕਰਤੀ ਹੈ, ਗੁਰੂ ਗੁਰੂ ਕਰਤੀ, ਪਰਮਾਤਮਾ ਕਾ ਨਾਮ ਲੇਤੀ, ਜਹਾਂ ਪੇ ਐਸਾ ਕੁਛ ਨਹੀਂ। ਉੱਧਰ ਫਰੀਦਕੋਟ ਦੇ SSP ਡਾਕਟਰ ਨਾਨਕ ਸਿੰਘ ਨੇ ਵੀ ਕਿਹਾ ਹੈ ਕਿ ਚੈਕਿੰਗ ਦੌਰਾਨ ਡੇਰੇ ਅੰਦਰੋਂ ਕੋਈ ਵੀ ਅਜਿਹੀ ਚੀਜ਼ ਨਹੀਂ ਬਰਾਮਦ ਹੋਈ ਹੈ ਜਿਸ ਦਾ ਚਿੱਠੀ ਵਿੱਚ ਹਵਾਲਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ IG ਲਾਅ ਐਂਡ ਆਰਡਰ ਕੀ ਤਰਫ ਸੇ ਜੋ ਪੱਤਰ ਕਿਹਾ ਗਿਆ ਕਿ ਜਾਰੀ ਕੀਤਾ ਗਿਆ, ਉਸਮੇ ਫਰੀਦਕੋਟ ਕਾ ਮੈਂਸ਼ਨ ਹੈ ਕਿ ਨਾਮ ਚਰਚਾ ਘਰੋਂ ਮੇਂ ਇਨ੍ਹੋਂਨੇ ਪੈਟਰੋਲੀਅਮ ਪ੍ਰੋਡਕਟਸ ਔਰ ਲਾਠੀਆਂ ਵਗੈਰਾ ਇਕੱਠੀ ਕਰ ਰੱਖੀ ਹੈ। ਲੇਕਿਨ ਇਹ ਚੈਕਿੰਗ ਵੀ ਕਰੀ ਗਈ ਹੈ ਔਰ ਇਨਸੇ ਬਾਤ ਵੀ ਕਰੀ ਗਈ ਹੈ, ਜੋ ਡੇਰਾ ਸੱਚਾ ਸੌਦਾ ਕੇ ਫੋਲੋਅਰਸ ਹੈ, ਦੇ ਅਸ਼ੋਰਡ ਕਿ ਐਸਾ ਕੁਛ ਨਹੀਂ ਹੈ, ਹਮਾਰੀ ਚੈਕਿੰਗ ਪੇ ਵੀ ਐਸਾ ਕੁਛ ਨਹੀਂ ਮਿਲਾ। ਸੋਸ਼ਲ ਮੀਡੀਆ ਪੇ ਜੋ ਵੀ ਐਸੀ ਅਫਵਾਹੇ ਫੈਲਾਣੇ ਕੀ ਕੋਸ਼ਿਸ਼ ਕਰੇਗਾ ਜਾਂ ਕੋਈ ਐਸੀ ਚੀਜ਼ ਡਾਲਤਾ ਹੈ ਜੋ ਅਨਵੇਰੀਫਾਈਡ ਹੈ ਔਰ ਜੋ ਸੱਚ ਨਹੀਂ ਹੈ, ਉਸ ਪੇ ਜੋ IT ਐਕਟ ਕੇ ਤਹਿਤ ਕਾਰਵਾਈ ਬਣਤੀ ਹੈ ਵੋ ਕੀ ਜਾਏਗੀ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।